الشيطان الرجيم بسم الله الرحمن الرحيم إنما يريد الله ليذهب عنكم الرجس أهل البيت ويطهركم تطهيرا دعا برائے حجت خدا بسم الله الرحمن الرحيم اللهم كن وليك الحجة بن الحسن عليه السلام صلوات الله وعلى آبائه في هذه الساعة وفي كل ساعة من ساعة الليل والنهار وليا محافظا وقائدا مناصرا وذليلا معينا حتى تسكنه أرضك طوعا وتمتعه فيها طويلا يا رب محمد وعلى محمد وأجل فرجهم يا قائد يا آل محمد بسم الله الرحمن الرحيم اللهم سخر لقلوب كل مخلوقات يا وتم ابا بحق يا شم سينا مقلب يا مقلب القلوب يا والي خراسان ادركني في سبيل الله صل على محمد وعلى محمد محبت بھری صلوات ਪਿਆਰੇ ਮੁਹੰਮਦ ਫਰਮਾਉਂਦੇ ਨੇ ਉਸ ਬੰਦੇ ਦੇ ਰਿਜ਼ਕ ਵਿੱਚ ਸਾਰੀ ਜ਼ਿੰਦਗੀ ਕਮੀ ਨਹੀਂ ਆ ਸਕਦੀ ਜਿਹੜਾ ਸਾਡੀ ਜੱਤ ਕੁਲ ਦਿਲ ਨਾਲ ਦਰੂਦ ਪੜੇ ਦਿਲ ਮੁਤਮਿਨ ਨਹੀਂ ਹੋਇਆ ਹੱਕੇ ਜਨਾਬੇ ਸੈਯਦਾ ਸਮਝ ਕੇ ਹੱਕੇ ਆਲੀ ਹੁਸੈਨ ਸਮਝ ਕੇ ਸਲਵਾਤ ਬੁਲੰਦ ਆਵਾਜ਼ ਨਾਲ ਪੜੋ بہت بڑا مقام ہے سارے امین رکھنا مالک اللہ ازاداراں دی حفاظت فرما مالک ازاداری دی حفاظت فرما دشمنان اہل بیت نو نیست و نابود فرما دشمنان ولایت امیر المومنین نو نیست و نابود فرما بہت بڑی دعا جتنی دل چوک ہوگی اتنی بلند آمین ہوگی مالک اللہ سارے حقیقی وارث شہنشاہ معظم بقیت اللہ ولی الحسر بادشاہ دے ظہور اچ تاجیل فرما ایک سلوار جتنی بلند ہوگی دعا مستجاب ہو جاوے ਥੋੜ੍ਹਾ ਜਿਹਾ ਮਾਹੌਲ ਬਣ ਜਾਵੇ ਮੈਂ ਬੜੀ ਜਲਦੀ ਦੇ ਨਾਲ ਭਾਈ ਜਾਨ ਨੂੰ ਮੈਂਬਰ ਦੇ ਦਿੰਦਾ
ਨਿਆਜ਼ ਹੁਸੈਨ ਸਲਵਾਤ ਪੜ੍ਹਦੇ ਹੋ ਤੇ ਅੱਗੇ ਗਿਆ ਜੋ ਜਿਹੜੇ ਜਵਾਨ ਬੈਠੇ ਹੋ ਤੁਸੀਂ ਉਹ ਕਹੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਜ਼ਿੰਦਗੀ ਦਰਾਜ਼ ਹੋਵੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਮਾਹੌਲ ਬੜਾ ਖੂਬਸੂਰਤ ਬਣ ਗਿਆ ਅਗਰ ਇਜਾਜ਼ਤ ਹੋਵੇ ਤਾਂ ਪੜ੍ਹੀਏ ਜੀ ਥੋੜ੍ਹਾ ਜਿਹਾ ਜ਼ਿਕਰ ਪਾ ਕਰੀਏ ਕਾਮਰਾਨ ਸ਼ਾਹ ਜੀ ਮਿੰਬਰ ਕੂਫਾ ਅਲੀ ਬਾਦਸ਼ਾਹ ਖੁਤਬਾ ਦੇ ਰਹੇ ਨੇ ਤਾਰੀਖ ਦੀ ਬਾਤ ਉਸ ਦੇ ਬਾਅਦ ਆਪਣੇ ਮੌਜੂਦ ਤੇ ਮਿੰਬਰ ਕੂਫਾ ਅਲੀ ਬਾਦਸ਼ਾਹ ਖੁਤਬਾ ਦੇ ਰਹੇ ਮੌਲਾ ਫਰਮਾਇਆ ਯਾਦ ਰੱਖਣਾ ਜਿਸ ਬੰਦੇ ਇੱਕ ਵਕਤ ਦਾ ਖਾਣਾ ਕੁੱਤੇ ਨੂੰ ਦਿੱਤਾ ਉਸ 70 ਨਬੀਆਂ ਦਾ ਕਤਲ ਕੀਤਾ ਸਮਝ ਆਵੇ ਉਹ ਬੋਲੇ ਜਿਸ ਬੰਦੇ ਇੱਕ ਵਕਤ ਦਾ ਖਾਣਾ ਕੁੱਤੇ ਨੂੰ ਦਿੱਤਾ ਤੁਹਾਡੀ ਤਵੱਜੋ ਵੇਖਣਾ ਚਾਹੁੰਦਾ ਤੇ ਘਰੋਂ ਆਏ ਵੀ ਝੋਲੀਆਂ ਭਰਨ ਦੀ ਨੀਅਤ ਤੇ ਤੇ ਇਹਦੀ ਕੀਮਤੀ ਤਵੱਜੋ ਲੈ ਕੇ ਬੈਠੇ ਹੋ ਕਿਸ ਮਿਆਰ ਤੇ ਪਰਵਾਹ ਤੇ ਕਰਦੇ ਹੋ ਫਜ਼ਾਇਲ ਸੁਣਨ ਵਾਸਤੇ ਜਿਸ ਬੰਦੇ ਇੱਕ ਵਕਤ ਦਾ ਖਾਣਾ ਕੁੱਤੇ ਨੂੰ ਦਿੱਤਾ ਉਸ 70 ਨਬੀਆਂ ਦਾ ਕਤਲ ਕੀਤਾ ਇੱਕ ਬੰਦਾ ਘਬਰਾ ਕੇ ਉੱਠਿਆ ਤਬੀਅਤ ਚ ਛਪ ਕੇ ਹੈਰਾਨ ਹੋ ਕੇ ਆਉਂਦਾ ਮਾਲਿਕ ਨੇ ਮਾਲ ਡੰਗਰ ਰੱਖਿਆ ਹੋਇਆ ਤੇ ਉਹਨਾਂ ਦੀ ਹਿਫਾਜ਼ਤ ਵਾਸਤੇ ਕੁੱਤਾ ਵੀ ਰੱਖੇ ਤੇ ਸਰਕਾਰ ਮੈਂ ਉਸਨੂੰ ਤਵੱਜੋ ਵੇਖਣਾ ਚਾਹੁੰਦਾ ਸਰਕਾਰ ਮੈਂ ਉਸਨੂੰ ਰੋਟੀ ਵੀ ਦੇਣਾ ਤੋ ਕਿਆ ਮੈਂ 70 ਨਬੀਆਂ ਦਾ ਕਤਲ ਕੀਤਾ ਹੈ ਨਜਫ ਦੇ ਬਾਦਸ਼ਾਹ ਫਰਮਾਇਆ ਕੰਮ ਜ਼ਰਫ ਮੈਨੇ ਚਾਰ ਟਾਂਗੋ ਵਾਲੇ ਕੁੱਤੇ ਕੀ ਤੋ ਬਾਤ ਹੀ ਨਹੀਂ ਕੀ ਬੋਲੇ ਅਲੀ ਆਲਾ ਬੋਲੇ ਅਲੀ ਆਲਾ ਜ਼ਿੰਦਗੀ ਦਾ ਰਾਜ਼ ਹੋਵੇ ਜਾਂ ਸਮਝ ਆਵੇ ਉਹ ਬੋਲੇ ਜੀ ਬਿਸਮਿਲਲਾ ਕਰਾ ਜੀ ਕੰਮ ਜ਼ਰਫ ਮੈਨੇ ਚਾਰ ਟਾਂਗੋ ਵਾਲੇ ਕੁੱਤੇ ਕੀ ਤੋ ਬਾਤ ਹੀ ਨਹੀਂ ਕੀ ਇਸ ਮੁਕਾਮ ਤੇ ਨਹੀਂ ਮੈਂ ਹਰ ਮਿੰਬਰ ਤੇ ਚਾਰ ਸਤਰਾ ਲਾਜ਼ਮੀ ਪੜਦਾ ਇਬਾਦਤ ਦੇ ਜ਼ਿਕਰੇ ਹੁਸੈਨ ਵੈਸੇ ਇਬਾਦਤ ਦੇ ਲੇਕਿਨ ਮੈਂ ਬਿਲਖਸੂਸ ਫਕਤ ਆਪਣੀ ਇਬਾਦਤ ਵਾਸਤੇ ਇਹ ਚਾਰ ਸਤਰਾ ਲਾਜ਼ਮੀ ਪੜਦਾ ਕੰਮ ਜ਼ਰਫ ਮੈਨੇ ਚਾਰ ਟਾਂਗੋ ਵਾਲੇ ਕੁੱਤੇ ਕੀ ਤੋ ਬਾਤ ਹੀ ਨਹੀਂ ਕੀ ਤੇ ਬਾਦਸ਼ਾਹ ਅਗਰ ਵਲਾਹਤ ਫਰਮਾਓ ਨਾ ਕਿਆ ਆਖਣਾ ਚਾਹੁੰਦੇ ਹੋ ਨਜਫ ਦੇ ਬਾਦਸ਼ਾਹ ਫਰਮਾਇਆ ਇਦਰਾਕ ਕੀ ਜਾਗੀਰ ਪੇ ਜਲਵਾ ਹੈ ਜਲੀ ਕਾ ਤੌਹੀਦ ਕੇ ਹਰ ਅਮਰ ਪੇ ਕਬਜ਼ਾ ਹੈ ਵਲੀ ਕਾ ਔਰ ਇਹ ਫੈਸਲਾ ਹੈ ਮੇਰਾ ਬਸੂਰਤ ਇਨਸਾਨ ਕੁੱਤਾ ਹੀ ਤੋ ਹੋਤਾ ਹੈ ਜੋ ਦੁਸ਼ਮਨ ਹੋ ਅਲੀ ਕਾ ਐ ਹੱਕ ਇਨਾਮ ਦੇ ਜ਼ਿਕਰ ਚ ਬੋਲਣ ਦਾ ਜ਼ਿੰਦਗੀ ਦਰਾਜ਼ ਹੋਵੇ ਅੱਲਾ ਹੱਥ ਕਿਸੇ ਦਾ ਮੁਹਤਾਜ ਨਾ ਹੋਵੇ ਜਿਹੜਾ ਨਾਰਾ ਮਰੇ ਸੀ ਦਵਾਰੀ ਕਰੇ ਸੀ ਹੱਥ ਜਾ ਕੇ ਬੋਲੋ ਹੈ ਪਸੀਨਾ ਹੈ ਮੁਹੰਮਦ ਕਾ ਬਨੇ ਹੈ ਅੰਬੀਆ ਜਿਸੇ ਪਸੀਨਾ ਹੱਥ ਸੁਗਾਵੇ ਜਿਹੜਾ ਅਲੀ ਬਾਦਸ਼ਾਹ ਦੇ ਦਰ ਦਾ ਸਵਾਲੀ ਹੋਵੇ ਬਨੇ ਹੈ ਅੰਬੀਆ ਜਿਸੇ ਪਸੀਨਾ ਹੈ ਮੁਹੰਮਦ ਕਾ ਜਹਾਂ ਹਰ ਸ਼ੈ ਸਮਾ ਜਾਏ ਉਸੇ ਕੁਰਾਨ ਕਹਤੇ ਹੈ ਜਹਾਂ ਕੁਰਾਨ ਸਮਾ ਜਾਏ ਵੋ ਸੀਨਾ ਹੈ ਮੁਹੰਮਦ ਕਾ ਸੁਭਾਨ ਅੱਲਾ ਸੁਭਾਨ ਅੱਲਾ ਹੱਥ ਉਚਾਵੇ ਸਾਰੇ ਬੋਲੋ ਹੈ ਅਲੀ ਭਾਈ ਕਿਆ ਬਾਤ ਹੈ ਜਹਾਂ ਕੁਰਾਨ ਸਮਾ ਜਾਏ ਸੀਨਾ ਹੈ ਮੁਹੰਮਦ ਕਾ ਅਗਰ ਇਜਾਜ਼ਤ ਹੋਵੇ ਤੇ ਨਾ ਪੜੀ ਸਾਰਿਆਂ ਦੀ ਮਰਜ਼ੀ ਜਿਹੜੇ ਬਾਈ ਉੱਤੇ ਥੱਲੇ ਵੇਲੇ ਉੱਪਰ ਪੜੀਏ ਨਾ ਜੀ ਤੌਕੀਰ ਤੌਕੀਰ ਮੁਹੰਮਦ ਕੀ ਜਬੀ ਹੈ ਮੁਹੰਮਦ ਦੀ ਜਬੀ ਹੈ ਅਗਰ ਇਹ ਪੇਸ਼ਾਨੀ ਜਬੀ ਤੇ ਸਮਝ ਆ ਜਾਵੇ ਰਾਜਨੀਤਿਕ ਤੇ ਨੌਕਰ ਦੇ ਹੱਕ ਦੀ ਦੁਆ ਕਰੇ ਸੀ ਜਿਹੜੇ ਅੱਜ ਸੁਣਨ ਲਈ ਆ ਜੀ ਬੈਠੇ ਹੋ ਇਸਲਾਮ ਕੀ ਤਕਦੀਰ
محمد کی جب ہی اسلام اے حق کے نام ذکر چ بولنا اللہ حق سلام عطا دینا ہوے محمد کی جب ہی اے کیا بات ہے اسلام کی تقدیر محمد کی جب ہی ہے اسلام کی تقدیر محمد کی جب ہی ہے اسلام کی تقدیر محمد توحید ہی تو ہے محمد کی جب ہی ہے اسلام کی تقدیر محمد کی جب ہی ہے محمد کی جب ہی ہے جن جب ہی سمجھ چاہے وہ بولے محمد کی جب ہی ہے اسلام کی تقدیر محمد کی جب ہی ہے لوگ نام پڑھتے ہیں سلام اس نبی پر کہ جس کے گھر نہ آتا تھا نہ دانا تھا تقدیر محمد نہ بولی تھی نہ بستر تھا پھر آدم حسین بادشاہ غریب آؤ چلے اٹھ کے تو نواز اجما میرے بعد بولے احترام بزرگ بھی تشریف فرما جوان ہرا بھی تشریف فرما سر چاوڑا میں پوچھنا چاہنا کتنا امیر اسلام کی تقدیر محمد اسلام کی تقدیر محمد کی جبی ہے محمد کی جبی ہے اسلام کی تقدیر محمد کی جبی ہے سرکار محمد کا ہے شبیر اساسا سرکار محمد کا ہے شبیر اچھا چھڑاوے میں ڈالی میں دادا سوالیوں میں چنے ہوتا لے سمجھ آوے تو بولنا سرکار محمد کا ہے شبیر اساسا لو ایک نور ظاہر کرنا چاہ رہا ہوں محمد میں نے بھی ہے شبیر کی تاکیر محمد کی جب کون محمد مصطفیٰ شبیر کی تاکیر محمد کی جب ہی ہے محمد کی جب ہی ہے اس نور کی تصویر محمد کی جب ہی ہے اس نور کی تصویر اس قصیدے دا دل شیر پڑھ لگا کی تصویر محمد کی تصویر محمد کی جب ہی ہے محمد کی جب ہی ہے دنیا کے چھپانے سے حقیقت نہ چھپ سکی دنیا کے چھپانے سے حقیقت نہ چھپ سکی سوال کرو میری حقیقت سلام کرتا ہے میرے نبی کو زمانہ سلام کرتا ہے مگر حسین کو نانا سلام کرتا ہے تیری مرضی کی بات ہے نا مگر حسین کو نانا سلام کرتا ہے بڑی خوبصورت رات بڑی نایاب سترا جناب تک پہنچا ہے جلسہ ہے محمد مصطفیٰ
शरा मुस्तफा की। जिंदगी दराज हो जी, जिंदगी दराज हो करोड़ों सलाम तड़ी इज्जत बादशाह जी तड़े तिरादियों में जी एहतरामन निगाहें झुका के मैं करूंगा सना मुस्तफा की। मेरी क्या औकात है, मेरी क्या बसात है जो इनाद जिक्र मैं कमा हक हो तिलावत करा। लेकिन गदा करिए मुकाबला नहीं, तुम जितना बोलो मैं राधिया बादशाह जी तड़े तिरादियों में एहतरामन निगाहें झुका के मैं करूंगा सना मुस्तफा की, मैं करूंगा सना मुस्तफा की। जिंदगी हो जी मैं करूंगा सना मुस्तफा की। बात मुकम्मल सुनना फिर फैसला करना फर्द सानी दीवार करना। एहतरामन निगाहें झुका के, एहतरामन निगाहें झुका के, एहतरामन निगाहें झुका के, एहतरामन निगाहें झुका के मैं करूंगा सना मुस्तफा की। सना किबरिया मुस्तफा जी ऐसे उड़ता मयार है, ऐ मयार है तो जिंदगी दराज हो गए जी। बहुत मेहरबानी बहुत शुक्रिया ऐ मयार है चने उड़ता लेंदा करोड़ों सलाम थोड़ी इज्जत है हाथ उच्चा वे बोलो हैदरी भाई क्या बात है। जिंदगी दराज हो गए मालिक तुम किस सजा मोहताज न कर तू सना कर रहा है किबरिया मुस्तफा का समझ आवे तो बोलना वगरना मेरा मैं तो ज्यादा लंबा पढ़ना ही नहीं हो सकता है। इससे ना आपसे मैं सलाम कर देवा दिन विधार करना लवा से सिर चामना बड़ा दिल बोले तो बोलना वगरना मेरा मेरा अकीदा है कमरान शाही मातम दुबरे मौला इमाम हुसैन बादशाह दे अज़ादारा दी मातमी दी जिती मेरे सिर का ताज क्योंकि खुसूसी दुआए जनाबे सैयदा दी मातमी दे हक च मातमी ना बोलिया तो मैं दुख लगेगा जिस एक बारी भी जिंदगी दे विच शिके ते हाथ मार के या हुसैन आके ओ हुसैन बादशाह दा मातमी है आए जी चशने झोलियां भरन दीनियत ते झोली खलाओ की दुआ देने च रखना। मैं दसना चाहना कौन मोहम्मद मुस्तफा जिन विदा करना दगल करी प्यादा शम्माए दीने हक को जलाने के वास्ते शम्माए दीने हक को जलाने के वास्ते शम्माए दीने हक को जलाने के वास्ते भटके हुओ को राह पे लाने के वास्ते भटके हुओ को राह पे लाने के वास्ते भटके हुओ को राह पे लाने के वास्ते अनवार की ये बदम सजाने के वास्ते अनवार जावत नहीं देख रहे जाने के वास्ते अनवार की ये बदम सजाने के वास्ते पहचान अपनी जग में कराने के वास्ते पहचान अपनी जग में कराने कीता की ये अल्लाह ने कीता की ये कराने के वास्ते अल्लाह मेरे किबला काबा मेरे बाबा जान तशरीफ लै मेरे वास्ते बायस इज्जत बायस फखर बाद दोनों की मौजूदगी दे विच मैं सबक सुना रहा इजाजत होवे तो सुना मां बेदार करना जी जिंदगी दराज होवे उस नूर को खुदा ने मोहम्मद बना दिया उस नूर को खुदा ने मोहम्मद बना दिया उस नूर को खुदा ने शेर पढ़ना चाहता तशरीह नहीं करता कौन मोहम्मद मुस्तफा सल्लल्लाहु अलैहि वसल्लम जिंदा करना शेर पढ़ लगे ते गल गिर पिया दा महबूब पे खुदा ने है कैसे करम की महबूब पे खुदा ने है कैसे करम की महबूब पे खुदा ने है कैसे करम की नासर अली बली से है शेर खुदा दी नासर अली बली जड़ा दी दे दर्द सवाल ही होवे नासर अली बली से है शेर खुदा दी हसनैन जी शरफ से नवासे अता दिए हसनैन जी सर चावड़ा से अता हुए और फातिमा
سی بیٹی کے والد بنا دیے اور فاطمہ اچھا کے والد اچھا ہویا کیا فاطمہ سی بیٹی کے والد بنا دیے قدموں میں ان کے رب کا دامن جھکا دیا صدقے میں ان کی جوتی کے عالم بنا دیا سبحان اللہ زندگی دراز ہوئی مالک پاک کو سلامت رکھن پیچھے اور جب اس سے بات تعلق ہوا قصیدہ پڑھنا چاہ رہے ہیں کن فیکون کن دا مطلب ہو جا فیا کون ہو گیا یعنی سلیس کے لیے کہہ دیا تو ہو گیا چلے وہ عظیم الادار تشریف فرماؤ کن فیا کون کہہ دیا تو ہو گیا میں تم کن سنانا چاہ رہے ہیں ہے اجازت سارے نہیں کہہ دیا تو ہو گیا کہہ دیا تو ہو گیا تشریح نہیں کرتا تھوڑے بولن کی آواز کلندر دے ویلے تک جاوے پھر پڑھن دا لوک سے سر چاونا میں تشریح نہیں کرتا کہہ دیا تو ہو گیا جن کن فا یکون دی سمجھ آ رہی ہے وہ بولے باقیاں دی اپنی مرضی کن فا یکون کہہ دیا تو ہو گیا ویکھنا گل نہیں دی کیڑی سونی گل جڑی کیڑی سونی میں گل کہی پیا دا جس سگے کوے نوکر کو کلندر کہہ دیا تو کیا بات ہے زندگیوں میں ہوں ہاتھ چاہ کے سارے بولو حیدر حیدر ہم نے نوکر کو کلندر کلندر کہہ دیا تو ہو گیا جتنے حسن مجتبہ بادشاہ دے نوکر میں جو شیر بھی بن کرنا پھر ویکھنا میں کتنی پدی رہی بن دیئے کہہ دیا تو ہو گیا جس بندے دے ذہن وچ واقعہ ہویا بے ساختہ علی علی دی سزا دے سی میں تشریح نہیں کرنا شیر پڑھن لگا تے گل کی پیا نا سامنے مولا حسن کے جب کوئی گستاخ ہو کہہ دیا تو ہو گیا ہو جشن سناوا پاک محمد دا ہو جشن سناوا
इसका ना